ਹੌਲੀ ਹੌਲੀ ਅਸੀਂ ਇੰਨੇ ਵੱਡੇ ਵੱਡੇ ਇਹਨਾਂ ਦੇ ਸਕੈਂਡਲ ਕੱਢਾਂਗੇ ਜਿਸ ਤਰ੍ਹਾਂ ਇਹਨਾਂ ਨੇ ਜ਼ਮੀਨਾਂ 'ਚ ਸਹੂਲਤਾਂ 'ਚ ਹਰੇਕ ਖੇਤਰ ਵਿੱਚ ਘਪਲੇ ਘੁਟਾਲੇ ਕੀਤੇ ਨੇ। ਜੇ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਨੂੰ ਵੇਚ ਕੇ ਕਿਵੇਂ ਇਹ ਖਾ ਗਏ ਤੇ ਲੋਕੀ ਹੈਰਾਨ ਹੋਣਗੇ ਕਿ ਝੂਠੀ ਸੌਂ ਖਾਣ ਵਾਲੀ ਇਹ ਸਰਕਾਰ ਹੀ ਨਹੀਂ ਲੇਕਿਨ ਲੋਕਾਂ ਦੇ ਢਿੱਡ 'ਚ ਲੱਤ ਮਾਰਨ ਵਾਲੀ ਸਰਕਾਰ ਉਹਨਾਂ ਨੇ ਬਣਾਈ। ਗੁਟਕਾ ਸਾਹਿਬ ਦੀ ਝੂਠੀ ਸੌਂ ਖਾ ਕੇ ਝੂਠੇ ਵਾਅਦੇ ਝੂਠੇ ਲਾਰੇ ਨਹੀਂ ਕਰਦੀ ਤੇ ਇਹਨਾਂ ਦੇ ਝੂਠੇ ਕੰਮਾਂ ਤੋਂ ਸਾਰੇ ਜਣੇ ਸੁਚੇਤ ਹੋ ਗਏ ਨੇ ਜਿਨ੍ਹਾਂ ਦਾ ਕੰਮ ਕਾਜ ਕੁਛ ਨਹੀਂ ਲੇਕਿਨ ਝੂਠੀ ਕਮਿਸ਼ਨਾਂ ਬਿਠਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ 'ਚ ਬਸ ਇਹਦੇ 'ਚ ਜ਼ੋਰ ਲੱਗਿਆ ਤੇ ਲੁੱਟ ਲੁੱਟ ਕੇ ਕੈਪਟਨ ਸਾਹਿਬ ਨੇ ਵੱਡਾ ਮਹਿਲ ਜਿਹੜਾ ਬਣਾ ਲਿਆ ਹੈ, ਰਿਸ਼ਤੇਦਾਰਾਂ ਨੇ ਹੋਟਲਾਂ ਪਾ ਲਿੱਤੀਆਂ ਨੇ, ਲੋਕਾਂ ਦੇ ਬਿਜਲੀ ਦੇ ਬਿੱਲ ਵੱਧ ਰਹੇ ਨੇ, ਨੌਜਵਾਨ ਬੱਚੇ ਨਸ਼ਿਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੇ ਕਿਉਂਕਿ ਪੁਲਿਸ ਨਸ਼ੇ ਵੇਚੀ ਜਾ ਰਹੀ ਹੈਗੀ। ਪਰ ਹੁਣ ਤਾਂ ਇਹਨਾਂ ਦੇ ਖੁਦ ਦੇ ਐਮਐਲਏ ਇਹਨਾਂ ਦੇ ਖਰਾਬ ਬੋਲਣ ਲੱਗੇ, ਸਾਨੂੰ ਤਾਂ ਬੋਲਣ ਦੀ ਲੋੜ ਨਹੀਂ, ਲੋਕੀ ਤਾਂ ਬੋਲ ਹੀ ਰਹੇ ਸੀ, ਇਹਨਾਂ ਦੇ ਐਮਐਲਏ ਬੋਲ ਰਹੇ। ਬੀਤੇ ਦਿਨ ਹਰਸਿਮਰਤ ਕੌਰ ਬਾਦਲ ਮਾਨਸਾ ਦੌਰੇ ਤੇ ਸੀ। ਉਹਨਾਂ ਨੇ ਮਾਨਸਾ ਦੇ ਬੁਢਲਾਡਾ ਵਿੱਚ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਜਿੱਥੇ ਪਾਕਿਸਤਾਨ ਵੱਲੋਂ ਕੀਤੇ ਗਏ ਅਤਿਆਚਾਰਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ, ਉੱਥੇ ਹੀ ਨਾਗਰਿਕਤਾ ਸੋਧ ਬਿੱਲ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਇਸ ਬਿੱਲ ਨਾਲ ਕਿਸੇ ਵੀ ਵਰਗ ਨੂੰ ਕੋਈ ਵੀ ਨੁਕਸਾਨ ਨਹੀਂ ਹੈ। ਦੱਸ ਦਈਏ ਕਿ ਇਸ ਮੌਕੇ ਤੇ ਹਰਸਿਮਰਤ ਬਾਦਲ ਨੇ ਕਾਂਗਰਸ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਤੇ ਹੋਰ ਵੀ ਕਈ ਪੱਖਵੇਂ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਆਪਾਂ 5-7 ਸਾਲਾਂ ਤੋਂ ਦੇਖ ਰਹੇ ਹਾਂ ਕਿ ਪਾਕਿਸਤਾਨ ਨੇ ਹਰ ਤਰ੍ਹਾਂ ਦੇ ਹਮਲੇ ਕਰਕੇ ਹਿੰਦੁਸਤਾਨ 'ਚ ਆਤੰਕ ਫੈਲਾਉਣ 'ਚ ਕੋਈ ਕਸਰ ਛੱਡੀ ਨਹੀਂ ਅਤੇ ਜਿਹੜਾ ਕੁਝ ਹਿੰਦੁਸਤਾਨ 'ਚ ਕਰ ਰਹੇ ਉਹ ਸਾਡੇ ਦੇਸ਼ ਦੇਖ ਰਿਹਾ ਹੈ। ਲੇਕਿਨ ਜਦ ਦੇਸ਼ ਦਾ ਬਟਵਾਰਾ ਹੋਇਆ ਜਿਹੜੇ ਸਾਡੇ ਹਿੰਦੂ ਸਿੱਖ ਸਾਰੇ ਉੱਥੇ ਰਹਿ ਗਏ ਸੀ ਪਾਕਿਸਤਾਨ ਨੇ, ਜਿਨ੍ਹਾਂ ਨੇ ਆਪਣਾ ਸਭ ਕੁਝ ਉੱਥੇ ਛੱਡਣ ਦਾ ਫੈਸਲਾ ਨਾ ਕਰਦੇ ਹੋਏ ਪਾਕਿਸਤਾਨ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ, ਜਦ ਦੇਸ਼ ਵੰਡਿਆ ਗਿਆ ਸੀ ਉਸ ਟਾਈਮ ਉਹਨਾਂ ਦੀ ਆਬਾਦੀ 28% ਸੀ। ਅੱਜ 28% ਤੋਂ ਘੱਟ ਕੇ ਮਸਾ 4% ਰਹਿ ਗਈ ਹੈ। ਇਹ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਸਿੱਖ ਭੈਣ ਭਰਾ ਮਾਇਨੋਰਿਟੀਜ਼ ਇਹ ਕਿੱਥੇ ਗਏ? ਅੱਜ ਦੀ ਗਿਣਤੀ ਜੇ ਕੀਤੀ ਜਾਏ ਪਾਕਿਸਤਾਨ 'ਚ ਕੁਝ ਸਾਲ ਪਹਿਲੇ ਕੀਤੀ ਸੀ 4000 ਸਿੱਖ ਰਹਿ ਗਏ ਸੀਗੇ ਅਤੇ ਹੁਣ ਜਿਹੜੀ ਗਿਣਤੀ ਆ ਉਹਦੇ ਵਿੱਚ ਸਿੱਖਾਂ ਦਾ ਨਾਂ ਹੀ ਨਹੀਂ ਹੈਗਾ ਕਿਉਂਕਿ ਇੰਨੀ ਘੱਟ ਗਿਣਤੀ ਰਹਿ ਗਈ ਕਿ ਉਹਨਾਂ ਨੇ ਉਹਨਾਂ ਦਾ ਨੰਬਰ ਲਿਖਣ ਲਾਇਕ ਹੀ ਨਹੀਂ ਸਮਝਿਆ। ਕਾਰਨ ਕੀ ਹੈਗਾ? ਕਾਰਨ ਆਹੀ ਹੈਗਾ ਜਿਵੇਂ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ ਨੂੰ ਅਗਵਾ ਕਰਕੇ ਜਬਰਨ ਉਹਦਾ ਧਰਮ ਬਦਲ ਕੇ ਉਹਦਾ ਨਿਕਾਹ ਕਰਕੇ ਉਹਨੂੰ ਮੁਸਲਮਾਨ ਬਣਾਉਣ ਦੀ ਇਹ ਕੰਮ। ਹੁਣ ਤੁਸੀਂ ਦੇਖਾ ਸਾਡਾ ਭਰਾ ਹਰਮੀਤ ਸਿੰਘ ਜਿਹੜਾ ਪਹਿਲਾ ਸਿੱਖ ਪੱਤਰਕਾਰ, ਉਹ ਪੱਤਰਕਾਰ ਹੋਣ ਦੇ ਨਾਤੇ ਜਦ ਉੱਥੇ ਦੀ ਮਾਇਨੋਰਿਟੀਜ਼ ਦੀ ਗੱਲ ਕਰਦਾ ਸੀ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਹੈ, ਚੱਕ ਕੇ ਉਹਦੇ ਭਰਾ ਦਾ ਕਤਲ ਕਰਤਾ, ਇੱਕ ਸਾਡੀ ਹਿੰਦੂਆਂ ਦੀ ਧੀ ਉਹਦਾ ਬਲਤਕਾਰ ਕਰਕੇ ਹੱਥ ਪੈਰ ਕੱਟ ਕੇ ਨਹਿਰ 'ਚ ਸਰੀਰ ਛੱਡਿਆ, ਉੱਥੇ ਦੇ ਮਾਇਨੋਰਿਟੀਜ਼ ਦੇ ਨਾਲ ਜਿਸ ਤਰ੍ਹਾਂ ਪਾਕਿਸਤਾਨ ਦੀ ਸਰਕਾਰ ਕਰ ਰਹੀ ਹੈ ਇਹਦੇ ਵਿੱਚ ਸਾਫ਼ ਹੈ, ਜਿਹਦੇ ਕਰਕੇ ਸਾਡੇ ਲੋਕ ਇਹਨਾਂ ਇਸਲਾਮਿਕ ਦੇਸ਼ਾਂ 'ਚੋਂ ਛੱਡ ਕੇ ਆਪਣੀ ਜਾਨ ਬਚਾਉਣ ਵਾਸਤੇ ਆਪਣੇ ਦੇਸ਼ ਵਿੱਚ ਆ ਰਹੇ ਨੇ। ਹੁਣ ਜੇ ਦੇਸ਼ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ 2014 ਤੋਂ ਜਿਹੜੇ ਲੋਕ ਆ ਕੇ ਹਿੰਦੁਸਤਾਨ 'ਚ ਮਾਇਨੋਰਿਟੀ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਅਤੇ ਬੰਗਲਾਦੇਸ਼ 'ਚ ਜਿਹੜੇ ਹਿੰਦੂ ਸੀਗੇ, ਜਿਹੜੇ ਸਿੱਖ ਸੀਗੇ, ਬੋਧ ਸੀਗੇ, ਕ੍ਰਿਸਚਨ ਸੀਗੇ, ਜਿਹੜਾ ਆਪਣੇ ਉਹਨਾਂ ਦੇਸ਼ਾਂ 'ਚ ਜਿਹੜੀ ਅਲਪਸੰਖਿਅਕ ਮਾਇਨੋਰਿਟੀ ਸੀਗੇ ਜੇ ਆਪਣੇ ਦੇਸ਼ ਵਿੱਚ ਆ ਕੇ ਵਸੇ ਹੋਏ ਨੇ ਇਹਨਾਂ ਨੂੰ ਅਸੀਂ ਨਾਗਰਿਕਤਾ ਦੇਈਏ ਅਤੇ ਸਾਡੇ ਅਫਗਾਨ ਭੈਣ ਭਰਾ ਜਿਹੜੇ ਉੱਥੇ ਵੱਸਦੇ ਨੇ ਜਿਨ੍ਹਾਂ ਦੀ ਲੜਾਈ ਮੈਂ ਆਪ ਲੜਦੀ ਰਹੀ ਹਾਂ 6 ਸਾਲਾਂ ਤੋਂ ਮੈਂ ਰਾਜਨਾਥ ਸਿੰਘ ਦੇ ਗੇੜੇ ਕੱਢਦੀ ਰਹੀ ਹਾਂ। 70,000-35,000 ਲੋਕ ਜਿਨ੍ਹਾਂ ਨੂੰ 30-35 ਸਾਲ ਹੋ ਗਏ, ਉਹਨਾਂ ਦੀ ਤੀਜੀਆਂ ਪੀੜ੍ਹੀਆਂ ਜੰਮ ਗਈਆਂ,
ਲੇਕਿਨ ਉਹ ਕਿਸੇ ਦੇਸ਼ ਦੇ ਆਪਣੇ ਆਪ ਨੂੰ ਨਾਗਰਿਕਤਾ ਨਾਗਰਿਕ ਨਹੀਂ ਦੱਸ ਸਕਦੇ ਸੀ ਕਿਉਂਕਿ ਅਫਗਾਨਿਸਤਾਨ ਛੱਡ ਕੇ ਆਏ ਸੀ, ਹਿੰਦੁਸਤਾਨ ਨੇ ਨਾਗਰਿਕਤਾ ਨਹੀਂ ਦਿੱਤੀ। ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਕੈਪਟਨ ਸਾਹਿਬ ਵਰਗਿਆਂ ਨੂੰ ਜਿਹੜਾ ਵਿਰੋਧ ਕਰ ਰਹੇ ਨੇ, ਇਹ 70,000 ਸਾਡੇ ਸਿੱਖ ਭਰਾ ਜਿਹੜੇ 35 ਸਾਲਾਂ ਤੋਂ ਇੱਥੇ ਰਹਿ ਰਹੇ, ਜਿਨ੍ਹਾਂ ਦੀ ਤੀਜੀ ਪੀੜ੍ਹੀਆਂ ਨੂੰ ਨਾ ਕਿਸੇ ਸਕੂਲ 'ਚ ਐਡਮਿਸ਼ਨ ਮਿਲਦਾ ਹੈ, ਨਾ ਕੋਈ ਕਾਰੋਬਾਰ ਕਰ ਸਕਦੇ, ਨਾ ਇਹਨਾਂ ਨੂੰ ਕੋਈ ਘਰ 'ਚ ਕਿਰਾਏ 'ਤੇ ਮਕਾਨ, ਨਾ ਇਹਨਾਂ ਦਾ ਆਧਾਰ ਕਾਰਡ ਆ, ਇਹਨਾਂ ਦੀ ਕੋਈ ਆਈਡੈਂਟੀ ਨਹੀਂ ਹੈ। ਜੇ ਸਾਡੀ ਸਰਕਾਰ ਇਹੋ ਜਿਹੇ ਲੋਕਾਂ ਨੂੰ, ਸ਼ਰਨਾਗਤੀਆਂ ਨੂੰ ਜੇ ਇਹਨਾਂ ਨੂੰ ਨਾਗਰਿਕਤਾ ਦਿੰਦੀ ਹੈ ਤਾਂ ਕਿਹੜੇ ਹਿੰਦੁਸਤਾਨੀ ਦਾ ਕੀ ਜਾਂਦਾ ਹੈਗਾ? ਕਿਉਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ? ਅੱਜ ਜਿਸ ਗ੍ਰੰਥੀ ਦੀ ਕੁੜੀ ਨੂੰ ਅਗਵਾ ਕਰਕੇ ਨਨਕਾਣਾ ਸਾਹਿਬ ਦੇ ਉੱਤੇ ਪਥਰਾਵ ਕੀਤਾ ਗਿਆ, ਕਿਹਾ ਕਿ ਇੱਕ ਸਿੱਖ ਨਹੀਂ ਰਹਿਣ ਦੇਵਾਂਗੇ, ਜੋ ਆਪਦੀ ਧੀ ਅਤੇ ਆਪਣੀ ਜ਼ਿੰਦਗੀ ਨੂੰ ਬਚਾ ਕੇ ਜੇ ਹਿੰਦੁਸਤਾਨ ਆਉਂਦਾ ਹੈ ਤਾਂ ਕੀ ਕੈਪਟਨ ਸਾਹਿਬ ਕਹਿਣਗੇ ਜਾਓ ਮਰੋ ਉੱਥੇ, ਤੁਸੀਂ ਇੱਥੇ ਨਹੀਂ ਰਹਿ ਸਕਦੇ? ਅਤੇ ਜੇ ਅਸੀਂ ਆਪਣਿਆਂ ਨੂੰ ਨਹੀਂ ਅਪਣਾਵਾਂਗੇ ਤਾਂ ਕੌਣ ਅਪਣਾਊਗਾ? ਅਤੇ ਇਹ ਉਹਨਾਂ ਵਾਸਤੇ ਜਿਨ੍ਹਾਂ ਦੇ ਉੱਤੇ ਧਰਮ ਦੇ ਨਾਤੇ, ਉਹਨਾਂ ਦੀ ਧਾਰਮਿਕ ਗਿਣਤੀ ਘੱਟ ਹੋਣ ਦੇ ਨਾਤੇ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ। ਸੋ ਇਹ ਜਿਹੜੇ ਲੋਕ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਹੈ, ਜਿਸ ਇਹ ਨਾਗਰਿਕਤਾ ਬਿੱਲ ਦੇ ਨਾਲ ਹਿੰਦੁਸਤਾਨ 'ਚ ਭਾਵੇਂ ਕੋਈ ਸਿੱਖ ਹੋ, ਭਾਵੇਂ ਕੋਈ ਮੁਸਲਮਾਨ, ਭਾਵੇਂ ਕੋਈ ਹਿੰਦੂ, ਜੋ ਇੱਥੇ ਰਹਿ ਰਹੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਇਹ ਉਹਨਾਂ ਦੇ ਲੋਕਾਂ ਵਾਸਤੇ ਜਿਹੜੇ ਦੂਜੇ ਇਹਨਾਂ ਤਿੰਨਾਂ ਦੇਸ਼ਾਂ 'ਚੋਂ ਛੱਡ ਕੇ ਇੱਥੇ ਆਏ ਨੇ ਅਤੇ ਆਪਣੇ ਦੇਸ਼ 'ਚ ਪਨਾਹ ਮੰਗ ਰਹੇ ਨੇ, ਇਹਨਾਂ ਦਾ ਵਿਰੋਧ ਕਰਕੇ ਹਿੰਦੁਸਤਾਨੀ ਦਾ ਕੀ ਜਾਊਗਾ? ਮੈਂ ਇਹਨੂੰ ਨਹੀਂ ਸਮਝ ਆਉਂਦੀ ਕਿ ਲੋਕਾਂ ਨੂੰ ਕਿਉਂ ਗੁੰਮਰਾਹ ਕੀਤਾ ਜਾ ਰਿਹਾ। ਬੜੀ ਦੁੱਖ ਦੀ ਗੱਲ ਹੈ। ਅਤੇ ਅੱਜ ਪਾਕਿਸਤਾਨ ਦੀ ਸਰਕਾਰ ਦੇ ਰਵੱਈਏ ਨੂੰ ਦੇਖਦੇ ਹੋਏ, ਜਿਵੇਂ ਇੱਕ ਹਿੰਦੂ ਧੀ ਨੂੰ ਮਾਰਿਆ ਹੈਗਾ, ਜਿਵੇਂ ਸਾਡੇ ਸਿੱਖ ਪੱਤਰਕਾਰ ਭਰਾ ਦੇ ਸ਼ਰੇਆਮ ਕਤਲ ਕੀਤਾ ਗਿਆ ਹੈਗਾ, ਨਨਕਾਣਾ ਸਾਹਿਬ 'ਚ ਪਥਰਾਵ ਕਰਕੇ ਕਿਹਾ ਕਿ ਅਸੀਂ ਇੱਕ ਸਿੱਖ ਨਹੀਂ ਰਹਿਣ ਦੇਵਾਂਗੇ, ਸਾਡੀ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਨਾਲ ਇਸ ਗੱਲ ਨੂੰ ਜਦ ਸਖਤੀ ਦੇ ਨਾਲ ਚੱਕਿਆ, ਜਿਹਦੇ ਬਾਅਦ ਜਾ ਕੇ ਇਸ ਮੁੰਡੇ ਜਿਹਨੇ ਪਥਰਾਵ ਕੀਤਾ ਸੀ ਉਹਦਾ ਦੁਬਾਰਾ ਉਹਦਾ ਅਰੈਸਟ ਹੋਇਆ, ਕਿਉਂਕਿ ਪਹਿਲੀ ਵਾਰੀ ਉਹਨੂੰ ਫੜਨਾ ਤਾਂ ਕੀ ਸੀ? ਉਹ ਸੋਸ਼ਲ ਮੀਡੀਆ ਕਹਿੰਦਾ ਮੈਂ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਦਾ ਹੈ ਕਿ ਸਾਰੇ ਪਰਿਵਾਰ ਨੂੰ ਸਹੀ ਸਲਾਮਤ ਤੁਸੀਂ ਘਰੇ ਪਹੁੰਚਾ ਦਿੱਤਾ, ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਿਹੜਾ ਕੁਝ ਕੀਤਾ, ਅੱਜ ਸਾਡੀ ਸਰਕਾਰ ਦੇ ਦਬਾਅ ਕਰਕੇ ਅੱਜ ਉਹਦਾ ਅਰੈਸਟ ਹੋਇਆ। ਅਤੇ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਬਾਕੀ ਜਿੰਨੇ ਹਿੰਦੂ ਸਿੱਖ ਮਾਇਨੋਰਿਟੀ ਕ੍ਰਿਸਚਨ ਜੋ ਵੀ ਉੱਥੇ ਰਹਿੰਦੇ ਨੇ ਤੁਹਾਡੇ ਦੇਸ਼ 'ਚ, ਉਹ ਸਾਰੇ ਮਹਿਫੂਜ਼ ਰਹਿਣ, ਉਹਨਾਂ ਦੇ ਹਾਲਾਤਾਂ ਦਾ ਸੁਧਾਰ ਹੋਏ, ਉਹਨਾਂ ਦੀ ਰਕਸ਼ਾ ਕੀਤੀ ਜਾਏ, ਅਤੇ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਕਾਤਲਾਂ ਨੂੰ ਫੜ ਕੇ ਫਾਂਸੀ ਦਿੱਤੀ ਜਾਏ। ਬਾਬਾ ਜੀ, ਪੰਜਾਬ ਸਰਕਾਰ ਨੇ ਐਮਰਜੈਂਸੀ ਡਿਕਲੇਅਰ ਕਰਤੀ, 13ਵਾਂ ਜਿਹੜੀ ਪੁਲਿਸ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਸੀ ਉਹਦੇ ਬੰਦ ਕਰਤਾ, ਨਵੇਂ ਟੈਂਡਰ ਬੰਦ ਕਰ ਦਿੱਤੇ ਆ, ਤੁਸੀਂ ਕੀ ਕਹਿੰਦੇ ਹੋ? ਇੱਕ ਕੋਲੇ ਦੀ ਧੁਆਈ 'ਤੇ 2800 ਕਰੋੜ ਰੁਪਏ ਦਾ ਬੋਝ, ਇਹ ਬਿਜਲੀ ਦੇ ਰੇਟ ਵਾਧੇ ਕੀਤੇ ਆ। ਦੇਖੋ ਕਿੰਨੀ ਸ਼ਰਮ ਦੀ ਗੱਲ ਹੈਗੀ ਕਿ ਜਿੱਥੇ ਕੈਪਟਨ ਸਰਕਾਰ ਅਤੇ ਕਾਂਗਰਸ ਸਰਕਾਰ ਆਪ ਦੇ ਤਾਂ ਨਵੇਂ ਸਲਾਹਕਾਰ ਰੱਖ ਕੇ ਨਵੀਂ ਤਨਖਾਹਾਂ, ਆਪਣੀ ਤਨਖਾਹਾਂ 'ਚ ਵਾਧਾ, ਨਵੀਂ ਗੱਡੀਆਂ, ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਕਰਕੇ ਆਪ ਤਾਂ ਇੱਕ ਪਾਸੇ ਤਾਂ ਜਿਹੜਾ ਲੁੱਟ ਕਸੁੱਟ ਕਰ ਰਹੇ ਉਹ ਤਾਂ ਅੱਡ, ਲੇਕਿਨ ਜਿਹੜੇ ਸਾਡੇ ਸੂਬੇ ਵਿੱਚ ਲੋ ਐਂਡ ਆਰਡਰ ਤਾਂ ਇੰਨਾ ਮਾੜਾ ਹਾਲ ਹੋ ਗਿਆ ਕਿ ਜੇਲ੍ਹ ਤੋਂ ਗੈਂਗਸਟਰ ਹੁਣ ਰਾਜ ਕਰ ਰਹੇ ਨੇ ਅਤੇ ਸੂਬੇ ਨੂੰ ਚਲਾ ਰਹੇ ਨੇ, ਕਿਉਂਕਿ ਸਰਕਾਰ ਜਮ੍ਹਾਂ ਹੀ ਫੇਲ ਹੋ ਚੁੱਕੀ ਹੈ। ਸਰਕਾਰ ਨਾਮ ਦੀ ਚੀਜ਼ ਨਹੀਂ। ਅੱਜ ਜਿਹੜੀ ਮਾੜੀ ਮੋਟੀ ਸਰਕਾਰ ਦਾ ਦਿਖਦੀ ਹੈ ਉਹ ਪੁਲਿਸ ਮੁਲਾਜ਼ਮ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ, ਅਤੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਆ, ਕਿਉਂਕਿ ਨਾ ਇਹਨਾਂ ਦਾ ਸ਼ਨੀਵਾਰ ਆਉਂਦਾ, ਨਾ ਇਹਨਾਂ ਦਾ ਐਤਵਾਰ ਆਉਂਦਾ, ਨਾ ਇਹਨਾਂ ਦੀ ਦਿਵਾਲੀ ਹੁੰਦੀ ਹੈ, ਨਾ ਇਹਨਾਂ ਦਾ ਗੁਰਪੁਰਬ ਹੁੰਦਾ, ਕੋਈ ਛੁੱਟੀ ਦਾ ਮਤਲਬ ਕੁਛ ਨਹੀਂ ਹੁੰਦਾ। ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਜਿਹੜਾ ਬਾਦਲ ਸਾਹਿਬ ਨੇ ਕਿੰਨੇ ਸਾਲ ਪਹਿਲੇ 40 ਸਾਲ ਪਹਿਲੇ ਕਿਹਾ ਕਿ ਇਹਨਾਂ ਦੀ ਛੁੱਟੀਆਂ ਜਿਹੜੀ ਹੋ ਜਾਂਦੀਆਂ ਨੇ, ਜਿਹੜੇ ਬਾਕੀ ਤਾਂ 9 ਤੋਂ 5 ਵਜੇ ਦਾ ਦਫ਼ਤਰ 'ਚ ਮੁਲਾਜ਼ਮ ਕੰਮ ਕਰਦੇ ਨੇ, ਇਹਨਾਂ ਨੂੰ ਛੁੱਟੀਆਂ ਵੀ ਮਿਲਦੀਆਂ ਨੇ। ਸੋ ਇਹਨਾਂ ਨੂੰ, ਕਿਉਂਕਿ ਆਹ ਸਹੂਲਤਾਂ ਨਹੀਂ ਹੁੰਦੀਆਂ, ਇਹਨਾਂ ਨੂੰ 12 ਮਹੀਨੇ ਦੀ ਜਗ੍ਹਾ 13 ਮਹੀਨੇ ਇਹਨਾਂ ਨੂੰ ਤਨਖਾਹ ਦਿੱਤੀ ਜਾਊਗੀ। ਇਹ ਬਾਦਲ ਸਾਹਿਬ ਦੀ ਦੇਣ ਸੀਗੀ ਜਿਹੜੀ ਲਗਾਤਾਰ ਮੈਨੂੰ ਲੱਗਦਾ 35-40 ਸਾਲਾਂ ਤੋਂ ਮਿਲਦੀ ਰਹੀ ਹੈ। ਅਤੇ ਅੱਜ ਇਹ ਖਜ਼ਾਨਾ ਖਾਲੀ ਮੰਤਰੀ
ਜਿਹੜਾ ਸਾਡੇ ਟਾਈਮ ਵੀ ਆਈ ਢੋਲ ਵਜਾਉਂਦਾ ਸੀ ਖਜ਼ਾਨਾ ਖਾਲੀ, ਅਤੇ ਅੱਜ ਵੀ ਉਹੀ ਵਿੱਤ ਮੰਤਰੀ ਉਹੀ ਖਜ਼ਾਨਾ ਖਾਲੀ। ਜੇ ਕੈਂਚੀ ਲਾਈ ਹੈ, ਇਹ ਨਹੀਂ ਕਿ ਆਪਣੀ ਤਨਖਾਹਾਂ ਰੱਜੇ ਹੋਏ ਘਰਾਂ ਤੋਂ, 3 ਸਾਲ ਲੁੱਟ ਕੇ ਜੇਬਾਂ ਭਰੀਆਂ ਹੋਏ, ਭਾਵੇਂ ਰੇਤਾ ਹੋਏ, ਸ਼ਰਾਬ ਹੋਏ, ਪੈਨਸ਼ਨ ਹੋਏ, ਸ਼ਗਨ ਹੈ, ਕੁਛ ਨਹੀਂ ਛੱਡਿਆ। ਬਿਜਲੀ ਦਾ ਬੋਝ ਇਹੋ ਜਿਹਾ ਲੋਕਾਂ ਦੇ ਉੱਤੇ ਪਾਇਆ ਹੈ, ਅਤੇ ਲੁੱਟ ਲੁੱਟ ਕੇ ਖਜ਼ਾਨਾ ਖਾਲੀ ਕਰਕੇ ਜਿਨ੍ਹਾਂ ਦੀ ਜੇਬਾਂ ਭਰੀਆਂ ਹੋਏ, ਇਹਨਾਂ ਦੀ ਤਨਖਾਹਾਂ ਬੰਦ ਕਰਨ ਦੇ ਬਜਾਏ ਉਹ ਵਿਚਾਰੇ ਮੁਲਾਜ਼ਮ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ, ਪਹਿਲੇ ਇਹਨਾਂ ਦੇ 200 ਰੁਪਏ ਮਹੀਨੇ ਦੇ ਕੱਟ ਤੇ, ਉਹਦੇ ਬਾਅਦ ਇਹਨਾਂ ਦਾ DA ਮੈਨੂੰ ਲੱਗਦਾ 2-2, 3-3 ਸਾਲ ਦਾ, ਮੇਰਾ 70-80 ਹਜ਼ਾਰ ਦਾ ਸਾਲ ਦਾ ਤਾਂ ਆ ਹੀ ਨੁਕਸਾਨ ਹੋਇਆ। DA ਇਹਨਾਂ ਦਾ ਰੋਕਤਾ, ਪੇ ਕਮਿਸ਼ਨ ਨਹੀਂ ਲਾਗੂ ਕੀਤੀ, ਅਤੇ ਹੁਣ ਨਵੀਂ ਚੀਜ਼ ਸੁਣਨ ਨੂੰ ਆਈ ਹੈ ਕਿ ਇਹਨਾਂ ਦੇ 13ਵੇਂ ਮਹੀਨੇ ਦਾ ਜਿਹੜਾ ਇਹਨਾਂ ਨੂੰ ਪੈਸਾ ਮਿਲਦਾ ਸੀ ਉਹ ਪੈਸਾ ਵੀ ਰੋਕ ਕੇ ਆਪਦਾ ਖਜ਼ਾਨਾ ਭਰ ਕੇ, ਮਤਲਬ ਇੱਕ ਪਾਸੇ ਬਿਜਲੀ ਦੇ ਬੋਝ ਦਾ ਬਿੱਲ ਜਿਹੜਾ ਇਹਨਾਂ ਨੇ ਲਗਾਤਾਰ ਲੋਕਾਂ ਦੇ ਵਿੱਚ ਉੱਤੇ ਪਾ ਕੇ ਇਹਨਾਂ ਦੀ ਜੇਬਾਂ ਤੋਂ ਪੈਸੇ ਕਢਾਏ ਨੇ, ਇਹ ਮੁਲਾਜ਼ਮੀ ਬਿਜਲੀ ਦੇ ਬਿੱਲ ਵੀ ਭਰਦੇ ਨੇ, ਲੇਕਿਨ ਇਸ ਤੋਂ ਉੱਪਰ ਇਹਨਾਂ ਦੀ ਤਨਖਾਹਾਂ ਵੀ ਉਹਨਾਂ ਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਲੱਖ ਲੱਖ 1.5-1.5 ਲੱਖ ਸਾਲ ਦਾ ਇਹਨਾਂ ਦੇ ਢਿੱਡ 'ਚ ਲੱਤ ਮਾਰੀ ਹੈ ਇਸ ਕਾਂਗਰਸ ਸਰਕਾਰ ਨੇ। ਅਤੇ ਮੈਂ ਕਾਰਨ ਇਹ ਦੱਸਣਾ ਚਾਹਾਂਗੀ ਇਹ ਸਾਰਾ ਕੁਛ ਕਿਉਂ ਕਰ ਰਹੇ ਨੇ, ਕਿਉਂਕਿ ਕੇਂਦਰ ਵਿੱਚ 10 ਸਾਲ ਜਿਹੜੀ ਕਾਂਗਰਸ ਦੀ ਸਰਕਾਰ ਸੀ, ਜਿਨ੍ਹਾਂ ਨੇ ਇਹੋ ਜਿਹੇ ਲੁੱਟ ਘਸੁੱਟ, 2G ਦਾ ਘੁਟਾਲਾ, ਖੇਡਾਂ ਦਾ ਘੁਟਾਲਾ, ਸਪੈਕਟਰਮ ਦਾ ਘੁਟਾਲਾ, 2,75,000 ਘੁਟਾਲੇ ਦੇ ਉੱਤੇ ਘੁਟਾਲੇ ਜਿਹੜੇ ਹੋ ਰਹੇ ਸੀ, ਹੁਣ 3 ਸਾਲ ਪੂਰੇ ਹੋਏ ਨੇ ਤਾਂ ਘੁਟਾਲੇ ਸਾਹਮਣੇ ਆਉਣ ਲੱਗੇ ਨੇ। ਪਹਿਲੇ ਇਹਨਾਂ ਦਾ ਮੰਤਰੀ ਬਣਾ ਰੇਤਾ ਦੇ ਖੱਡਿਆਂ 'ਚ, ਜਿਹੜੇ ਆਪਦੇ ਲਾਂਗਰੀਆਂ ਦੇ ਨਾਮ 'ਚ ਕਰੋੜਾਂ ਦਾ ਚੂਨਾ ਲਾ ਰਹੇ ਸੀਗੇ, ਉਹ ਸਾਹਮਣੇ ਆ ਮੰਤਰੀ ਪਦ ਛੱਡਣਾ ਪਿਆ। ਉਹਦੇ ਬਾਅਦ ਕਿਸੇ ਮੰਤਰੀ ਦਾ ਜਿਹੜੇ ਗਰੀਬਾਂ ਦੇ ਪੈਨਸ਼ਨ 'ਚ, ਉਹਦੇ ਘੁਟਾਲੇ ਸਾਹਮਣੇ ਆਏ, ਸ਼ਰਾਬ ਦੇ ਘੁਟਾਲੇ ਸਾਹਮਣੇ, ਅਤੇ ਹੁਣ ਬਿਜਲੀ ਦਾ ਬਿੱਲ ਦਾ ਬੋਝ ਲੋਕਾਂ ਦੇ ਉੱਤੇ ਕਿਉਂ ਪੈ ਰਿਹਾ ਹੈ, ਇਹ ਵੀ ਸੁਖਵੀਰ ਜੀ ਨੇ ਚੰਗੀ ਤਰ੍ਹਾਂ ਕੱਲ੍ਹ ਸਮਝਾਇਆ। ਜੇ ਕਿਸੇ ਨੂੰ ਨਹੀਂ ਸਮਝ ਆਈ ਤਾਂ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਪੰਜਾਬ 'ਚ ਬਿਜਲੀ ਦਾ ਘਾਟਾ ਹੁੰਦਾ ਸੀਗਾ ਜਦ ਸਾਡੀ ਸਰਕਾਰ ਸੀ, ਜਿੱਥੇ 2-2 ਦਿਨ ਦੇ ਕੱਟ ਖੇਤਾਂ 'ਚ ਨਹੀਂ ਆਉਂਦੀ ਸੀ ਬਿਜਲੀ, 6-6 ਘੰਟੇ ਦੇ ਕੱਟ ਘਰਾਂ 'ਚ ਲੱਗਦੇ ਸੀ, ਅਤੇ ਬਿਜਲੀ ਪੂਰਾ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਟੀਚਾ ਸਾਧਿਆ, ਨਿਸ਼ਾਨਾ ਲਿੱਤਾ, ਵੱਡੇ ਥਰਮਲ ਪਲਾਂਟ ਲਗਾਏ, ਹਰੇਕ ਥਰਮਲ ਪਲਾਂਟ ਦੀ ਮਨਜ਼ੂਰੀ 12-13 ਕੇਂਦਰ ਦੇ ਮਹਿਕਮਿਆਂ ਤੋਂ ਮਿਲਦੀ ਹੈ, ਉਹਨਾਂ ਦੀ ਮਨਜ਼ੂਰੀ ਦਾ ਜਿਹੜਾ ਪਰਫੋਰਮਾ ਬਣਦਾ ਉਹ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਫੈਸਲਾ ਕਰਦੇ, ਅਤੇ ਉਸ ਪਰਫੋਰਮਰ ਦੇ ਹਿਸਾਬ ਦੇ ਨਾਲ ਸਾਰੇ ਸੂਬੇ ਲਾਗੂ ਕਰਦੇ ਨੇ, ਅਤੇ ਅਸੀਂ ਪੰਜਾਬ 'ਚ ਬਿਜਲੀ ਸਰਪਲਸ ਕੀਤੀ। ਲੇਕਿਨ ਇਹ ਲੁੱਟ ਖਸੁੱਟ ਵਾਲੀ ਸਰਕਾਰ ਜਿਨ੍ਹਾਂ ਦੀ ਨੀਅਤ ਸਿਰਫ ਇੱਕ ਪਾਸੇ ਨਸ਼ੇ ਵੇਚ ਕੇ ਜੇਬਾਂ ਭਰੋ, ਸਰਕਾਰੀ ਸੋਮਿਆਂ ਨੂੰ ਖਤਮ ਕਰੋ, ਅਤੇ ਸਰਕਾਰੀ ਸਹੂਲਤਾਂ ਨੂੰ ਤੁਸੀਂ ਦੇਖੋ ਕਿ ਕੱਲ੍ਹ ਜਿਹੜਾ ਸੁਖਵੀਰ ਜੀ ਨੇ ਦੱਸਿਆ ਕਿਸੇ ਵੀ ਕੇਸ ਦੀ ਪੈਰਵੀ ਨਾ ਕਰਦੇ ਹੋਏ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਵੱਲੋਂ 1500-1600 ਕਰੋੜ ਦਾ ਇੱਕ ਤਾਂ ਲਗਾ ਕੇ ਕੇਸ ਹਾਰ ਕੇ ਜਿਹੜਾ ਇਹ ਹਾਰ ਗਏ ਨੇ, ਜਿਹਦੇ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਇਹ ਪੈਸੇ ਇਹਨਾਂ ਨੂੰ ਦੇਣੇ ਪਏ, ਉਹਨਾਂ ਦੇ ਨਾਲ ਅੱਟੀ ਸੱਟੀ ਗਾਂਠ ਸਾਟ ਕਰਕੇ ਅੱਧੇ ਪੈਸੇ ਖਾ ਗਏ ਆਪਦੀ ਜੇਬਾਂ 'ਚ, ਅੱਧੇ ਉਹਨੇ। ਅਤੇ ਹੁਣ ਅਦਾਲਤ ਨੇ ਵੀ ਕਹਿਤਾ ਕਿ ਜਿਹੜੇ ਕੋਲਾ ਜਿਹਦੇ ਵਿੱਚ ਅਸੀਂ ਇਹਦੀ ਪੈਰਵੀ ਕੀਤੀ, 2 ਅਦਾਲਤਾਂ ਤੋਂ ਅਸੀਂ ਜਿੱਤ ਕੇ ਆਏ, ਅਤੇ ਸੁਪਰੀਮ ਕੋਰਟ 'ਚ 2.5 ਸਾਲ ਇਹਨਾਂ ਨੇ ਕੱਖ ਨਹੀਂ ਕੀਤਾ, ਸੁਪਰੀਮ ਕੋਰਟ 'ਚ ਇਹ ਕੇਸ ਹਾਰ ਗਏ, ਅਦਾਲਤ ਨੇ ਵੀ ਕਿਹਾ ਕਿ ਸਰਕਾਰ ਨੇ ਪੈਰਵੀ ਠੀਕ ਨਹੀਂ ਕਰੇ ਜਿਹਦੇ ਕਰਕੇ ਹਾਰਨਗੇ। ਹੁਣ ਉਸ ਕੰਪਨੀ ਦੇ ਨਾਲ ਵੀ ਕੀ ਇਹਨਾਂ ਨੇ ਅਸੀਂ 4-4.5 ਹਜ਼ਾਰ ਕਰੋੜ ਦਾ ਲੋਕਾਂ ਦੀ ਜੇਬਾਂ ਤੋਂ ਪੈਸੇ ਬਿਜਲੀ ਦੇ ਬਿੱਲ ਦੇ ਬਹਾਨੇ ਕੱਢ ਕੇ ਇਹਨਾਂ ਨੇ ਆਪ ਦੀ ਜੇਬਾਂ 'ਚ ਭਰੇ ਨੇ। ਇਹ ਸ਼ੁਰੂਆਤ ਹੈ, ਹੌਲੀ ਹੌਲੀ ਅਸੀਂ ਇੰਨੇ ਵੱਡੇ ਵੱਡੇ ਇਹਨਾਂ ਦੇ ਸਕੈਂਡਲ ਕੱਢਾਂਗੇ, ਜਿਸ ਤਰ੍ਹਾਂ ਇਹਨਾਂ ਨੇ ਜ਼ਮੀਨਾਂ 'ਚ ਸਹੂਲਤਾਂ 'ਚ ਹਰੇਕ ਖੇਤਰ ਵਿੱਚ ਘਪਲੇ ਘੁਟਾਲੇ ਕੀਤੇ ਨੇ। ਜੇ ਤੁਹਾਨੂੰ ਪਤਾ ਲੱਗੂਗਾ ਕਿ ਪੰਜਾਬ ਨੂੰ ਵੇਚ ਕੇ ਕਿਵੇਂ ਇਹ ਖਾ ਗਏ, ਅਤੇ ਲੋਕ ਹੈਰਾਨ ਹੋਣਗੇ ਕਿ ਝੂਠੀ ਸੌਂਹ ਖਾਣ ਵਾਲੀ ਸਰਕਾਰ ਹੀ ਨਹੀਂ, ਲੇਕਿਨ ਲੋਕਾਂ ਦੇ ਢਿੱਡ 'ਚ ਲੱਤ ਮਾਰਨ ਵਾਲੀ ਸਰਕਾਰ ਉਹਨਾਂ ਨੇ ਬਣਾਈ। ਅਤੇ ਇਹਨਾਂ ਦੀ ਰਲੀ ਮਿਲੀ, ਇਹਨਾਂ ਦੀ B ਟੀਮ, ਆਮ ਆਦਮੀ ਦੀ ਪਾਰਟੀ, ਜਿਹੜਾ ਓਪੋਜੀਸ਼ਨ ਪਾਰਟੀ ਹੈ,
ਲੇਕਿਨ ਮੈਂ ਅੱਜ ਪੁੱਛਣਾ ਚਾਹਾਂਗੀ, ਮੂੰਹ ਕੌਣ ਖੋਲ ਰਿਹਾ ਇਹਨਾਂ ਦੇ ਖਿਲਾਫ? ਇਹਨਾਂ ਦੇ 4-5 MLAs ਜਿਹੜਾ ਸਰੋਪੇ ਵੀ ਪਵਾ ਗਏ, ਜਿਨ੍ਹਾਂ ਨੇ ਅੱਜ ਅੱਡ ਪਾਰਟੀਆਂ ਖੜੀ ਕਰਕੇ ਇਲੈਕਸ਼ਨ ਵੀ ਲੜ ਗਏ, ਅੱਜ ਵੀ MLA ਬਣੇ ਬੈਠੇ ਨੇ ਕਿਉਂਕਿ ਕਾਂਗਰਸ ਦੇ ਸ਼ਹਿ ਦੇ ਵਿੱਚ ਨੇ। ਸੋ ਇਹ ਕਾਂਗਰਸ ਪਾਰਟੀ ਦੀ ਪੁਰਾਣੀ ਨੀਤੀ, ਕਦੇ ਪਰਿਵਾਰ ਦਾ ਮੈਂਬਰ ਪੱਟ ਕੇ ਸ਼੍ਰੋਮਣੀ ਅਕਾਲੀ ਦਲ ਦਾ PPP ਖੜ੍ਹਾ ਕਰ ਦਿਓ, ਉਹਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਜਦ ਉਹ ਕਾਂਗਰਸ ਵਿੱਚ ਵੜ ਜਾਂਦਾ ਹੈ। ਕਦੇ ਆਮ ਆਦਮੀ ਖੜ੍ਹੀ ਕਰ ਦਿਓ, ਜਿਹੜਾ ਲੋਕ ਸਭਾ ਇਲੈਕਸ਼ਨ 'ਚ ਅੱਡ ਅੱਡ ਪਾਰਟੀਆਂ ਕਰਕੇ ਤੁਹਾਡੇ ਸਰੋਪੇ ਲੈ ਕੇ ਤੁਹਾਡੀ ਮਦਦ ਕਰਕੇ ਅਜੇ ਵੀ ਆਮ ਆਦਮੀ 'ਚ ਬੈਠੇ, ਅਤੇ ਕਦੇ ਟਕਸਾਲੀਆਂ ਨੂੰ ਖੜ੍ਹਾ ਕਰ ਦਿਓ ਤਾਂ ਕਿ ਅਕਾਲੀ ਦਲ ਕਮਜ਼ੋਰ ਹੋ ਜਾਏ, ਲੋਕਾਂ ਨੂੰ ਚੰਗੀ ਤਰ੍ਹਾਂ ਚਾਨਣ ਹੋ ਗਿਆ। ਇੱਕ ਪਾਰਟੀ ਹੈਗੀ ਜਿਹੜੀ ਦਿਨ ਰਾਤ ਮਿਹਨਤ ਕਰਕੇ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਵਾਸਤੇ ਮਿਹਨਤ ਕਰਦੀ ਹੈ, ਗੁਟਕਾ ਸਾਹਿਬ ਦੀ ਝੂਠੀ ਸੌਂਹਾਂ ਖਾ ਕੇ ਝੂਠੇ ਵਾਅਦੇ ਝੂਠੇ ਲਾਰੇ ਨਹੀਂ ਕਰਦੀ। ਅਤੇ ਇਹਨਾਂ ਦੇ ਝੂਠੇ ਕੰਮਾਂ ਤੋਂ ਸਾਰੇ ਜਣੇ ਸੁਚੇਤ ਹੋ ਗਏ ਨੇ, ਜਿਨ੍ਹਾਂ ਦਾ ਕੰਮਕਾਜ ਕੁਛ ਨਹੀਂ ਲੇਕਿਨ ਝੂਠੀ ਕਮਿਸ਼ਨਾਂ ਬਿਠਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ 'ਚ ਬਸ ਇਹਦੇ 'ਚ ਜ਼ੋਰ ਲੱਗਿਆ। ਅਤੇ ਲੁੱਟ ਲੁੱਟ ਕੇ ਕੈਪਟਨ ਸਾਹਿਬ ਨੇ ਵੱਡਾ ਮਹਿਲ ਜਿਹੜਾ ਬਣਾ ਲਿਆ ਹੈ, ਰਿਸ਼ਤੇਦਾਰਾਂ ਨੇ ਹੋਟਲਾਂ ਪਾ ਲਿੱਤੀਆਂ ਨੇ, ਲੋਕਾਂ ਦੇ ਬਿਜਲੀ ਦੇ ਬਿੱਲ ਵੱਧ ਰਹੇ ਨੇ, ਨੌਜਵਾਨ ਬੱਚੇ ਨਸ਼ਿਆਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਰੇ ਕਿਉਂਕਿ ਪੁਲਿਸ ਨਸ਼ੇ ਵੇਚੀ ਜਾ ਰਹੀ ਹੈਗੀ। ਅਤੇ ਹੁਣ ਤਾਂ ਇਹਨਾਂ ਦੇ ਖੁਦ ਦੇ MLA ਇਹਨਾਂ ਦੇ ਖਿਲਾਫ਼ ਬੋਲਣ ਲੱਗ ਗਏ, ਸਾਨੂੰ ਤਾਂ ਬੋਲਣ ਦੀ ਲੋੜ ਨਹੀਂ, ਲੋਕੀ ਤਾਂ ਬੋਲ ਹੀ ਰਹੇ ਸੀ, ਇਹਨਾਂ ਦੇ MLA ਬੋਲ ਰਹੇ। ਬਈ ਗੁਲਾਬੀ ਸੁੰਡੀ ਨਾਲ ਜਿਹੜਾ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਜਾਂ ਜਿਹੜਾ ਇਹਨਾਂ ਨੇ ਪਰਾਲੀ ਕੱਢਣ ਲਈ ਮੁਆਵਜ਼ਾ ਦੇਣਾ ਸੀ, ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਦੇਖੋ ਮੈਂ ਤਾਂ ਤੁਹਾਨੂੰ ਆਹ ਵੀ ਕਹਿੰਦੀ ਹਾਂ ਕਿ ਜਿਹੜਾ ਕਿਸਾਨਾਂ ਕਰਜ਼ੇ ਮਾਫ਼ੀ ਦੀ ਜਿਹੜੀ ਅਜੇ ਉਹ ਸਕੈਂਡਲ ਨਿਕਲੂਗਾ, ਜਿਹੜਾ ਇਹਨਾਂ ਨੇ ਕਰਜ਼ਾ ਕੁੜਕੀ ਮਾਫ਼ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਪਤਾ ਨਹੀਂ ਕਿੰਨੇ 100-2000 ਕਿਸਾਨ ਖੁਦਕੁਸ਼ੀ ਕਰ ਚੁੱਕੇ ਨੇ। ਅਜੇ ਜਿਹੜਾ ਇਹਨਾਂ ਨੇ ਕਰਜ਼ਾ ਮਾਫ਼ੀ ਕੀਤਾ ਹੈ, ਜਿਹੜੇ ਉਹ ਕਿਸਾਨ ਨੂੰ 100, 200, 1500, 2000 ਦੇ ਚੈੱਕ ਜਾ ਕੇ ਬਾਕੀ ਜਿਹੜਾ ਨੇ ਜੇਬਾਂ 'ਚ ਗਏ, ਜਦੋਂ ਡਿਟੇਲ ਕੱਢਾਂਗੇ ਤੁਹਾਨੂੰ ਵੱਡੀ ਹੈਰਾਨੀ ਆਊਗੀ। ਸੋ ਇਹਨਾਂ ਦੇ ਸਿਰਫ ਇਹ ਗੱਲਾਂ ਹੁੰਦੀਆਂ ਨੇ ਕਿ ਕਿਸਾਨਾਂ ਨੂੰ ਆਹ ਦੇਵਾਂਗੇ ਉਹ ਦੇਵਾਂ, ਦੇਣਾ ਨੇ ਤਾਂ ਇਹਨਾਂ ਨੇ ਕੀ ਹੈ? ਇਹਨਾਂ ਨੇ ਤਾਂ ਅਜੇ ਕਿਸਾਨਾਂ ਦੇ ਬਿਜਲੀ ਮੋਟਰਾਂ ਦੇ ਬਿੱਲ ਵੀ ਲਾਉਣੇ, ਮੈਂ ਤਾਂ ਪਹਿਲੇ ਕਹਿੰਦੀ ਸੀ। ਕੈਪਟਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਸ ਤੋਂ ਬਿਲਕੁਲ ਉਲਟ ਕਰਨਗੇ। ਜਿੰਨੇ ਝੂਠੇ ਵਾਅਦੇ ਇਹ ਖਜ਼ਾਨਾ ਖਾਲੀ ਮੰਤਰੀ ਨੇ ਕਹੇ ਨੇ, ਇੱਕ ਇੱਕ ਵਾਅਦੇ ਤੋਂ ਮੁੱਕਰ ਕੇ ਇਹਨਾਂ ਉਲਟ ਕਰਨਾ ਹੈਗਾ। ਪੰਜਾਬ ਦੇ ਉੱਤੇ ਤਾਂ ਇਹਨਾਂ ਦੀ ਨੀਅਤ ਹੈ ਘਰ ਘਰ ਨੌਕਰੀ ਕੀ ਦੇਣੀ। ਇਹਨਾਂ ਦਾ ਇੱਕ ਮੰਤਰੀ ਕਹਿੰਦਾ ਅਸੀਂ ਤਾਂ ਚਾਹੁੰਦੇ ਕਿ ਸਾਰੇ ਛੱਡ ਛੱਡ ਵਿਦੇਸ਼ਾਂ 'ਚ ਜਾਣ, ਘੱਟ ਤੋਂ ਘੱਟ ਸਾਡੇ ਤੋਂ ਨੌਕਰੀ ਤਾਂ ਨਹੀਂ ਮੰਗਣਗੇ, ਇਹ ਇਹਨਾਂ ਦੀ ਸੋਚ ਹੈ। ਰੰਗਲਾ TV ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ।